ਲੰਗਰ ਪ੍ਰਬੰਧਨ ਚ ਹੋਏ ਘਟਾਲੇ ਦਾ ਸਾਰਾ ਮਾਮਲਾ ਹੈ। ਐਸਜੀਪੀਸੀ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਵੱਡੀ ਕਾਰਵਾਈ ਕੀਤੀ। 52 ਮੁਲਾਜ਼ਮ ਮੁਅੱਤਲ ਕੀਤੇ ਗਏ। ਮੁਅੱਤਲ ਕੀਤੇ ਮੁਲਾਜ਼ਮਾਂ ਚ ਉਸ ਸਮੇਂ ਦੌਰਾਨ ਤੈਨਾਤ ਮੈਨੇਜਰ, ਸੁਪਰਵਾਈਜ਼ਰ, ਸਟੋਰ ਕੀਪਰ ਤੇ ਗੁਰਦੁਆਰਾ ਇੰਸਪੈਕਟਰ ਸ਼ਾਮਿਲ ਨੇ। ਇੱਥੇ ਰਜਿੰਦਰ ਸਿੰਘ ਧਾਮੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਗੁਰਦੁਆਰਾ ਪ੍ਰਬੰਧਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਤੇ ਕਿਸੇ ਤਰ੍ਹਾਂ ਦੀ ਕੋਈ ਬੇਅਨਿਮੀ बर्दाश्त नहीं की जाएगी। गौरतलब है कि इस मामले को लेकर लगातार कार्रवाई की जा रही थी। एसजीपीसी के प्रधान रजिंदर सिंह धामी होरां ने सख्त कार्रवाई की गल इस मामले की सख्त कार्रवाई होएगी, जो भी मुलजम पाया जाता है तो हुण सख्त एक्शन लिया गया है। तो इस तहत 52 मुलाजम मुअत्तल किए गए। ਇਹ ਜਿਹੜਾ 1 ਕਰੋੜ ਦੇ ਕਰੀਬ ਜਿਹੜਾ ਘਪਲਾ ਸੀ, ਇਸ ਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਮੈਂ ਸਮਝਦਾ ਹੋਈ ਆ ਕਿ 51 ਜਿਹੜੇ ਸਾਡੇ ਮੁਲਾਜ਼ਮ ਆ ਉਹ ਸਸਪੈਂਡ ਕੀਤੇ ਗਏ, ਜਿਹਦੇ ਵਿੱਚ 8 ਮੈਨੇਜਰ ਨੇ, 6 ਸੁਪਰਵਾਈਜ਼ਰ ਨੇ, 35 ਇੰਸਪੈਕਟਰ ਨੇ ਤੇ 2 ਸਟੋਰ ਕੀਪਰ ਨੇ। 51 ਬੰਦਿਆਂ ਦੇ ਖਿਲਾਫ ਕਾਰਵਾਈ ਹੋਈ ਆ। ਇਹਦੇ ਵਿੱਚ ਸਿੱਧੇ ਤੌਰ ਤੇ ਵੀ ਦੋਸ਼ੀ ਨੇ ਤੇ ਸਿੱਧੇ ਤੌਰ ਤੇ ਦਾ ਮਤਲਬ ਇਹ ਆ ਕਿ ਜਿਨ੍ਹਾਂ ਦੇ ਹੁੰਦਿਆਂ ਜਿਨ੍ਹਾਂ ਦੀ ਕਿਨਾਂ ਅਧੀਨ ਇਹ ਸਾਰੀ ਕਾਰਵਾਈ ਹੋਈ ਆ, ਉਹ ਲੋਕਾਂ ਨੂੰ ਇਸ ਗੱਲ ਵਿੱਚ ਦੋਸ਼ੀ ਪਾਇਆ ਗਿਆ। ਸੋ ਇਹ ਜਿੱਥੇ ਪੈਸੇ ਜਿਹੜੇ ਆ ਉਹ ਜਿਹੜੇ ਸਜ਼ਾ ਦੇ ਤੌਰ ਤੇ ਦਿੱਤੇ ਜਾਣਗੇ, ਉਹ 1 ਕਰੋੜ ਰੁਪਈਆ ਇਹਨਾਂ ਤੋਂ ਵਸੂਲਿਆ ਜਾਏਗਾ, ਉੱਥੇ ਇਹਨਾਂ ਦੇ ਖਿਲਾਫ ਸਸਪੈਂਸ਼ਨ ਦੀ ਕਾਰਵਾਈ ਆ। ਸੋ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ। ਅਸੀਂ ਅੱਗੇ ਵੀ ਕਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਬੰਧ ਜਿਸਨੇ ਗੁਰੂ ਨੂੰ ਜਾਨ ਦੇਣੀ ਹੈ, ਅਸੀਂ ਗੁਰੂ ਸਾਹਿਬ ਦੇ ਸੇਵਾਦਾਰ ਹਾਂ। ਸੋ ਕਿਸੇ ਵੀ ਤਰ੍ਹਾਂ ਨਾ ਅਸੀਂ ਸ਼ਾਮਲ ਹੋਵਾਂਗੇ, ਨਾ ਹੀ ਕਿਸੇ ਦਾ ਪ੍ਰਭਾਵ ਵਰਤਾਂਗੇ। दस दईए कि 52 मुलाजम इस कार्रवाई के तहत मुअत्तल किए गए हैं, क्योंकि सख्त सज़ा की गल की गई सी। सज़ा की गल हुई सी कि जो भी मुलजम पाया जाएगा उससे बनती कार्रवाई होगी। मामला सारा की गल की जाए तो लंगर प्रबंधन के घोटाले का मामला पाया गया सी। 65 लाख से 25 लाख का घोटाला सामने आया सी, जिस तो बाद इस कार्रवाई को आरंभिया गया सी।